ਪਿਆਰੇ ਦੋਸਤੋ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮੋਰ ਬਾਰੇ। ਮੋਰ ਦੇਸ਼ ਦਾ ਰਾਸ਼ਟਰੀ ਪੰਛੀ ਹੈ ਅਤੇ ਮੋਰ ਦੇਸ਼ ਦੇ ਹਰ ਹਿੱਸੇ ਵਿੱਚ ਪਾਇਆ ਜਾਂਦਾ ਹੈ। ਭਾਰਤ ਸਰਕਾਰ ਨੇ 26 ਜਨਵਰੀ 1963 ਵਾਲੇ ਦਿਨ ਮੋਰ ਨੂੰ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ ਸੀ। ਮੋਰ ਕੀੜੇ ਮਕੌੜੇ ਅਤੇ ਹਾਨੀਕਾਰਕ ਜੀਵਾਂ ਨੂੰ ਵੀ ਖਾ ਜਾਂਦਾ ਹੈ, ਇਸ ਲਈ ਮੋਰ ਨੂੰ ਕਿਸਾਨ ਦਾ ਮਿੱਤਰ ਵੀ ਕਿਹਾ ਜਾਂਦਾ ਹੈ। ਮੋਰ ਮੋਰਨੀ ਦੇ ਮੁਕਾਬਲੇ ਜ਼ਿਆਦਾ ਸੋਹਣਾ ਹੁੰਦਾ ਹੈ। ਮੋਰ ਬਹੁਤ ਹੀ ਲੰਬੇ ਖੰਭਾਂ ਵਾਲਾ ਪੰਛੀ ਹੈ, ਪਰ ਇਹ ਬਹੁਤ ਉੱਚੀ ਅਤੇ ਲੰਬੀ ਉਡਾਰੀ ਨਹੀਂ ਭਰ ਸਕਦਾ। ਦੋਸਤੋ, ਮੋਰ 20 ਸਾਲ ਤੱਕ ਜੀਵਤ ਰਹਿ ਸਕਦੇ ਹਨ। ਮੋਰ ਦੇ ਖੰਭਾਂ ਦਾ ਇਸਤੇਮਾਲ ਪਰਸ ਜਾਂ ਜਾਕਟ ਅਤੇ ਹੋਰ ਬਹੁਤ ਸਾਰੇ ਧਾਰਮਿਕ ਥਾਵਾਂ 'ਤੇ ਕੀਤਾ ਜਾਂਦਾ ਹੈ। ਮੋਰ ਵਿੱਚ ਮੋਰ ਦੇ ਸ਼ਿਕਾਰ 'ਤੇ ਪਾਬੰਦੀ ਹੈ। ਭਾਰਤ ਵਿੱਚ ਮੋਰ ਦੇ ਸ਼ਿਕਾਰ 'ਤੇ ਸਖਤ ਪਾਬੰਦੀ ਹੈ। 1972 ਵਿੱਚ ਇਹ ਨਿਯਮ ਲਾਗੂ ਕੀਤਾ ਗਿਆ ਸੀ। ਮੋਰਨੀ ਇੱਕ ਵਾਰ 'ਚ 3 ਅੰਡੇ ਦਿੰਦੀ ਹੈ। ਪੁਰਾਣੇ ਸਮਿਆਂ ਵਿੱਚ ਮੋਰ ਖੰਭ ਦੁਆਰਾ ਲਿਖਿਆ ਜਾਂਦਾ ਸੀ। ਸ੍ਰੀ ਕ੍ਰਿਸ਼ਨ ਜੀ ਮੋਰ ਖੰਭ ਨੂੰ ਮੱਥੇ 'ਤੇ ਲਗਾਉਂਦੇ ਸੀ। ਸਭ ਤੋਂ ਪਹਿਲਾਂ ਸਿਕੰਦਰ ਮੋਰਾਂ ਨੂੰ ਭਾਰਤ ਤੋਂ ਯੂਨਾਨ ਲੈ ਕੇ ਗਿਆ ਸੀ। ਅੱਜ ਵੀ ਸਭ ਤੋਂ ਸੁੰਦਰ ਪ੍ਰਜਾਤੀਆਂ ਭਾਰਤ ਵਿੱਚ ਹੀ ਪਾਈਆਂ ਜਾਂਦੀਆਂ ਹਨ। ਮੋਰਾਂ ਦੀਆਂ ਪ੍ਰਜਾਤੀਆਂ, ਸੋਹਣੀਆਂ ਪ੍ਰਜਾਤੀਆਂ ਭਾਰਤ ਵਿੱਚ ਹੀ ਪਾਈਆਂ ਜਾਂਦੀਆਂ ਹਨ। ਦੇਸ਼ ਵਿੱਚ ਸਭ ਤੋਂ ਜ਼ਿਆਦਾ ਮੋਰ ਪੰਜਾਬ, ਰਾਜਸਥਾਨ, ਤਾਮਿਲਨਾਡੂ, ਹਰਿਆਣਾ ਵਿੱਚ ਪਾਏ ਜਾਂਦੇ ਹਨ। ਦੋਸਤੋ, ਚੰਦਰ ਗੁਪਤ ਦੇ ਰਾਜ ਵਿੱਚ ਸਿੱਕੇ ਦੇ ਇੱਕ ਪਾਸੇ ਮੋਰ ਦੀ ਤਸਵੀਰ ਛਾਪੀ ਗਈ ਸੀ। ਸੋ ਇਹ ਸੀ ਮੋਰ ਬਾਰੇ ਕੁਝ ਰੌਚਕ ਤੱਥ ਜੋ ਮੈਂ ਤੁਹਾਡੇ ਨਾਲ ਸਾਂਝੇ ਕੀਤੇ। ਸੋ ਚੈਨਲ ਯੋਧਾ ਪੰਜਾਬ ਨੂੰ ਜ਼ਰੂਰ ਸਬਸਕ੍ਰਾਈਬ ਕਰੋ।